ਨਮਸਕਾਰ ਅੱਜ ਅਸੀਂ ਬਣਾਵਾਂਗੇ ਮਠਿਆਈ ਤੁਹਾਨੂੰ ਬਹੁਤ ਹੀ ਪਸੰਦ ਆਣ ਵਾਲੀ ਏ ਮਠਿਆਈ ਏ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਦੱਸਾਂਗੇ ਤੇ ਬਹੁਤ ਹੀ ਸਵਾਦ ਬਣੇਗੀ 1 ਲੀਟਰ ਅਸੀਂ ਗਾਂ ਦਾ ਦੁੱਧ ਲਿਆਏ ਇਹਨੂੰ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਅੱਧਾ ਚਮਚਾ ਅਸੀਂ ਨਿੰਬੂ ਦਾ ਸੱਤ ਲਿਆਏ ਇਹਦੇ ਵਿੱਚ 1/4 ਕੱਪ ਪਾਣੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਹੈ ਦੁੱਧ ਨੂੰ ਉਬਾਲ ਆ ਚੁੱਕਿਆ ਗੈਸ ਅਸੀਂ ਬੰਦ ਕਰ ਦਿੱਤੀ ਤੇ ਇਹਨੂੰ ਆਪਾਂ 5 ਮਿੰਟ ਵਾਸਤੇ ਇਸ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਠੰਡਾ ਕਰਕੇ ਤੇ ਫਿਰ ਉਸ ਤੋਂ ਬਾਅਦ ਹੀ ਆਪਾਂ ਨਿਬੂਦ ਆ ਜਿਹੜਾ ਪਾਣੀ ਪਾਣਾ ਹੈ ਤੇ ਥੋੜਾ ਥੋੜਾ ਕਰਕੇ ਪਾਉਣਾ ਇੱਕ ਵਾਰ ਚ ਸਾਰਾ ਨਹੀਂ ਪਾ ਦੇਣਾ ਦੁੱਧ ਅਸੀਂ ਕੱਚਾ ਹੀ ਲਿਆ ਸੀ ਤੇ ਜਿਹੜੀ ਇਹ ਮਠਿਆਈ ਆਪਾਂ ਬਣਾਉਣ ਲੱਗੇ ਆ ਇਹ ਗਾਂ ਦੇ ਦੁੱਧ ਦੀ ਹੀ ਬਣਾਈ ਜਾਂਦੀ ਹੈ ਕਿਉਂਕਿ ਗਾਂ ਦੇ ਦੁੱਧ ਵਿੱਚ ਫੈਟ ਬਹੁਤ ਘੱਟ ਹੁੰਦੀ ਹੈ ਤੇ ਮਠਿਆਈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਪਨੀਰ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਸਾਰਾ ਪਾਣੀ ਅਲੱਗ ਹੋ ਗਿਆ। ਕਾਟਨ ਦਾ ਕੱਪੜਾ ਇਸ ਤਰ੍ਹਾਂ ਵਿਛਾ ਕੇ ਤੇ ਆਪਾਂ ਸਾਰਾ ਪਾਣੀ ਅਲੱਗ ਕਰ ਲਾਂਗੇ ਤੇ ਇਹ ਬਿਲਕੁਲ ਆਪਾਂ ਨੂੰ ਧੋਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਤਰ੍ਹਾਂ ਆਪਾਂ ਇਹਨੂੰ ਹਲਕੇ ਹੱਥਾਂ ਨਾਲ ਪਾਣੀ ਨੂੰ ਕੱਢ ਲਾਂਗੇ। ਪਨੀਰ ਬਹੁਤ ਗਰਮ ਹੈ ਤੇ ਇਹਨੂੰ ਆਪਾਂ ਚਮਚ ਦੇ ਨਾਲ ਇਸ ਤਰ੍ਹਾਂ ਪਾਣੀ ਕੱਢ ਲਾਂਗੇ ਤੇ 15 ਮਿੰਟ ਵਾਸਤੇ ਅਸੀਂ ਪਨੀਰ ਨੂੰ ਲਮਕਾ ਕੇ ਰੱਖ ਦਿੱਤਾ ਸੀ ਤੇ ਪਾਣੀ ਆਪਣੇ ਆਪ ਸਾਰਾ ਨਿਕਲ ਗਿਆ ਸੀ। ਪਨੀਰ ਨੂੰ ਆਪਾਂ ਨੂੰ ਹਲਕੇ ਹੱਥਾਂ ਦੇ ਨਾਲ ਮਸਲ ਲਾਂਗੇ ਜਿਹੜੇ ਇਹਦੇ ਵਿੱਚ ਥੋੜੇ ਬਹੁਤੇ ਦਾਣੇ ਪਨੀਰ ਦੇ ਬਣੇ ਹੋਣਗੇ ਉਹ ਮਸਲੇ ਜਾਣਗੇ ਤੇ ਬਿਲਕੁਲ ਆਪਾਂ ਜ਼ੋਰ ਨਹੀਂ ਲਗਾਵਾਂਗੇ ਹਲਕੇ ਹੱਥਾਂ ਨਾਲ ਕਰਾਂਗੇ ਤੇ ਇਸ ਤਰ੍ਹਾਂ ਇਹ ਬਿਲਕੁਲ ਪੇੜਾ ਬਣ ਗਿਆ ਆਪਣਾ ਬਹੁਤ ਪਨੀਰ ਸੌਫਟ ਹੈ ਤੇ ਹੱਥ ਦੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਫੁਲਾ ਲਾਂਗੇ ਤੇ ਬਿਲਕੁਲ ਹਲਕੇ ਹੱਥਾਂ ਨਾਲ ਫਲਾਵਾਂਗੇ ਤੇ ਇਹਨੂੰ ਆਪਾਂ ਚੋਰਸ ਕਰਨਾ ਹੈ ਤੇ ਹੱਥ ਦੇ ਨਾਲ ਆਪਾਂ ਇਹਨੂੰ ਸ਼ੇਪ ਇਸ ਤਰ੍ਹਾਂ ਦੇ ਲਾਂਗੇ ਤੇ 1/2 ਇੰਚ ਦੀ ਆਪਾਂ ਮੋਟਾਈ ਰੱਖਣੀ ਬਿਲਕੁਲ ਪਤਲਾ ਨਹੀਂ ਕਰ ਦੇਣਾ ਪਨੀਰ ਆਪਣਾ ਪੂਰਾ ਚੌਰਸ ਹੋ ਗਿਆ ਤੇ ਜਿਸ ਤਰ੍ਹਾਂ ਅਸੀਂ ਕਰਨ ਲੱਗੇ ਹਾਂ ਤੁਸੀਂ ਬਿਲਕੁਲ ਇਸ ਤਰ੍ਹਾਂ ਹੀ ਕਰਨਾ ਹੈ ਤੇ ਜਿਹੜਾ ਆਪਾਂ ਉੱਪਰ ਵਜ਼ਨ ਰੱਖਾਂਗੇ ਉਹ ਆਪਾਂ ਅੱਧਾ ਕਿਲੋ ਹੀ ਵਜ਼ਨ ਦਾ ਰੱਖਾਂਗੇ ਇਸ ਤੋਂ ਬਾਅਦ ਨਹੀਂ ਰੱਖਾਂਗੇ ਤੇ ਅੱਧੇ ਘੰਟੇ ਵਾਸਤੇ 20 ਮਿੰਟ ਵਾਸਤੇ ਆਪਾਂ ਇਹਨੂੰ ਰੱਖ ਦੇਾਂਗੇ ਤੇ ਪਨੀਰ ਆਪਣਾ ਪੂਰਾ ਸੈੱਟ ਹੋ ਗਿਆ ਬਹੁਤ ਵਧੀਆ ਜੰਮ ਚੁੱਕਿਆ ਤੇ ਇਹਦੇ ਆਪਾਂ ਹੁਣ ਇਹਦੀ ਕਟਿੰਗ ਕਰਾਂਗੇ ਪੀਸ ਜਿੰਨੇ ਆਪਾਂ ਨੂੰ ਮੋਟੇ ਚਾਹੀਦੇ ਨੇ ਆਪਾਂ ਉਹਨੇ ਕਰਾਂਗੇ ਇਸ ਤਰ੍ਹਾਂ ਇਹਦੇ ਕੱਟ ਲਗਾ ਲੈਣੇ ਨੇ ਪਨੀਰ ਨੂੰ ਆਪਾਂ ਇਸ ਤਰ੍ਹਾਂ ਹੀ ਕੱਟਣਾ ਚੌਰਸ ਪੀਸ ਬਣਾਵਾਂਗੇ ਤੇ ਜਿਹੜੇ ਛੋਟੇ ਪੀਸ ਹੋਣਗੇ ਉਹਨਾਂ ਨੂੰ ਆਪਾਂ ਫੇਰ ਗੋਲ ਕਰਕੇ ਤੇ ਫੇਰ ਉਹਦੇ ਚੌਰਸ ਪੀਸ ਬਣਾ ਲੈਣੇ ਆ ਇੱਕ ਕਟੋਰੀ ਅਸੀਂ ਚੀਨੀ ਦੀ ਲਈਏ 400 ਗ੍ਰਾਮ ਚੀਨੀ ਹੈ ਤੇ ਜਿਸ ਕਟੋਰੀ ਦੇ ਨਾਲ ਆਪਾਂ ਚੀਨੀ ਨਾਪੀਏ ਤੇ ਉਹੀ ਕਟੋਰੀ ਆਪਾਂ ਪਾਣੀ ਦੀ ਹਾਫ ਪਾਵਾਂਗੇ ਤੇ ਇਹਨੂੰ ਆਪਾਂ ਕੁਲੰਨ ਤੱਕ ਵੇਟ ਕਰਾਂਗੇ ਤੇ ਇਹਦੇ ਵਿੱਚ ਚੀਨੀ ਨੂੰ ਸਾਫ਼ ਕਰਨ ਵਾਸਤੇ ਦੋ ਚਮਚ ਦੁੱਧ ਦੇ ਪਾ ਕੇ ਤੇ ਜਿਹੜੀ ਝੱਗ ਮੈਲੀ ਹੋ ਗਈ ਆਪਾਂ ਉਤਾਰ ਦੇਾਂਗੇ ਚਾਸਨੀ ਆਪਣੀ ਪੂਰੀ ਸਾਫ ਹੋ ਗਈ ਤੇ ਆ ਜਿਹੜਾ ਪਨੀਰ ਉਹ ਆਪਾਂ ਵਿੱਚ ਪਾ ਦਿਆਂਗੇ ਤੇ ਗੈਸ ਫਲੇਮ ਆਪਾਂ ਤੇਜ਼ ਹੀ ਰੱਖਾਂਗੇ ਜਿਹੜੀ ਮਠਿਆਈ ਆਪਾਂ ਬਣਾਉਣ ਲੱਗੇ ਆ ਇਹ ਸ਼ਾਇਨਾ ਮੁਰਕੀ ਤੁਸੀਂ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਖਾਓਗੇ ਤਾਂ ਤੁਹਾਨੂੰ ਬਹੁਤ ਹੀ ਪਸੰਦ ਆਣ ਵਾਲੀ ਇਹ ਮਠਿਆਈ ਏ ਤੇ ਇਹਨੂੰ ਆਪਾਂ ਹੁਣ ਟੱਕ ਕੇ ਪਕਾਣਾ ਹੈ ਕਿ ਜਿਹੜੀ ਚੱਗ ਦੇ ਨਾਲ ਇਸ ਪੂਰੇ ਜਿਹੜੇ ਆਪਣੇ ਪਨੀਰੇ ਕਵਰ ਹੋ ਜਾਵੇ ਤੇ ਫੇਰ ਇਹ ਹੀ ਫੁੱਲੇਗਾ ਤੇ ਇਹਨੂੰ ਆਪਾਂ 7 ਮਿੰਟ ਵਾਸਤੇ ਹੀ ਪਕਾਣਾ ਤੇ ਆਪਾਂ ਪਨੀਰ ਨੂੰ ਵਿੱਚੋਂ ਇੱਕ ਪੀਸ ਚੱਕ ਕੇ ਦੇਖ ਲੈਣ ਜੇਕਰ ਪਨੀਰ ਦਾ ਟੇਸ ਆਂਦਾ ਤਾਂ ਫੇਰ ਆਪਾਂ ਹੋਰ ਉਹਨੂੰ ਪਕਾ ਲਾਂਗੇ ਚਾशनी ਦੀ ਆਪਾਂ ਤਾਰ ਨਹੀਂ ਬਣਨਦੇ ਨੇ ਤੇ ਇਸ ਕਰਕੇ ਆਪਾਂ ਇੱਕ ਇੱਕ ਚਮਚਾ ਪਾਣੀ ਦਾ ਪਾਵਾਂਗੇ ਇਹ ਤੋਂ 4 ਤੋਂ 5 ਵਾਰ ਆਪਾਂ ਇਸ ਤਰ੍ਹਾਂ ਕਰਨਾ ਹੈ ਸ਼ਾਇਨਾ ਮੁਰਗੀ ਆਪਣੀ ਪੂਰੀ ਫੁੱਲ ਕੇ ਤਿਆਰ ਹੋ ਗਈ ਏ ਤੇ ਪਨੀਰ ਆਪਣਾ ਡਬਲ ਹੋ ਗਿਆ ਤੇ ਬਸ ਬਹੁਤ ਆਪਣਾ ਜਲਦੀ ਬਣ ਕੇ ਤਿਆਰ ਹੋ ਗਿਆ ਤੇ ਗੈਸ ਫਲੇਮ ਅਸੀਂ ਬੰਦ ਕਰਤੀ ਤੇ 15 ਮਿੰਟ ਵਾਸਤੇ ਆਪਾਂ ਇਹਨੂੰ ਚਾशनी ਦੇ ਵਿੱਚ ਹੀ ਇਸ ਤਰ੍ਹਾਂ ਰੱਖਣਾ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਕੇਵੜਾ ਜਲ ਦਾ ਪਾ ਲਾਂਗੇ ਤੁਸੀਂ ਗੁਲਾਬ ਜਲ ਵੀ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਛਾਣਨੀ ਦੇ ਨਾਲ ਕੱਢ ਲਾਂਗੇ ਆਪਣੀ ਮਠਿਆਈ ਨੂੰ ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਰੱਖ ਦੇਾਂਗੇ ਜਿਹੜੀ ਇਹਦੀ ਫालतू ਦੀ ਜਿਹੜੀ ਚਾशनी ਹੋ ਕੇ ਨਿਕਲ ਜੇਗੀ ਇਸ ਤਰ੍ਹਾਂ ਪੀਸੀ ਹੋਈ ਹੋਈ ਜੀਨੀ ਲਈਏ ਉੱਪਰੋਂ ਇਹਨੂੰ ਆਪਾਂ ਛਾਣਨੀ ਦੇ ਨਾਲ ਛਾਣ ਲਾਂਗੇ ਤੇ ਪੂਰੇ ਵਧੀਆ ਆਪਣੇ ਸ਼ਾਇਨਾ ਮੁਰਕੀ ਕਵਰ ਹੋ ਜਾਣਗੇ ਚੀਨੀ ਦੇ ਨਾਲ ਤੇ ਬਹੁਤ ਵਧੀਆ ਇੱਕ ਲੇਅਰ ਇਹਨਾਂ ਦੀ ਬਣ ਜਾਏਗੀ ਇਸ ਤਰ੍ਹਾਂ ਆਪਾਂ ਤੁਹਾਨੂੰ ਤੋੜ ਕੇ ਦਿਖਾਣੇ ਆਂ ਤੇ ਇਹ ਚਾਸਨੀ ਦੇ ਨਾਲ ਪੂਰੇ ਵਿੱਚੋਂ ਪਰੇ ਹੋਏ ਨੇ ਤੇ ਬਹੁਤ ਸੌਫਟ ਨੇ ਖਾਣ ਨੂੰ ਬਹੁਤ ਹੀ ਸੁਆਦ ਬਣੇ ਆ ਤੇ ਤੁਸੀਂ ਇਹ ਇੱਕ ਵਾਰ ਘਰ ਬਣਾ ਕੇ ਖਾ ਲੋਗੇ ਬਾਜ਼ਾਰ ਦੀ ਮਿਠਾਈ ਤੁਹਾਨੂੰ ਬਿਲਕੁਲ ਨਹੀਂ ਪਸੰਦ ਆਣ ਵਾਲੀ ਜੇਕਰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ